ਟੀਵੀ ਐਨ ਦੇਖਣ ਵਾਲੇ ਸਮੂਹ ਤੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਦੋਸਤੋ ਕੁਝ ਅਹਿਮ ਖਬਰਾਂ ਕੁਝ ਅਹਿਮ ਘਟਨਾਵਾਂ ਦੇ ਉੱਤੇ ਰਲ ਮਿਲ ਕੇ ਵਿਚਾਰ ਚਰਚਾ ਕਰਾਂਗੇ ਆਓ ਸਭ ਤੋਂ ਪਹਿਲਾਂ ਜਿਹੜੀਆਂ ਖਬਰਾਂ ਨੂੰ ਆਧਾਰ ਬਣਾਉਣਾ ਹੈ ਉਸ ਸੰਖੇਪ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂ ਖੇਤੀ ਕਾਨੂੰਨਾਂ ਤੇ ਗਰਵਾਈ ਸਿਆਸਤ ਤੋਂਬਰ ਨੇ ਰਾਹੁਲ ਨੂੰ ਯਾਦ ਕਰਵਾਇਆ ਮੈਨੀਫੈਸਟੋ ਅਤੇ ਟਕੈਤ ਨੇ ਦਿੱਤੀ ਚੇਤਾਵਨੀ। ਸੰਯੁਕਤ ਕਿਸਾਨ ਮੋਰਚੇ ਵੱਲੋਂ ਮਿਸ਼ਨ ਯੂਪੀ ਅਤੇ ਉੱਤਰਾਖੰਡ ਦਾ ਕਰ ਦਿੱਤਾ ਗਿਆ ਐਲਾਨ। ਕਿਸਾਨਾਂ ਤੇ ਭਾਜਪਾ ਦੇ ਸਾਫਕਾ ਵਿਧਾਇਕ ਤੇ ਹਮਲਾ ਕਰਨ, ਗੱਡੀ ਭੰਨਣ, ਹੱਥੋਪਾਈ ਕਰਨ ਅਤੇ ਕੱਪੜੇ ਪਾੜਨ ਤੱਕ ਦੇ ਲੱਗੇ ਇਲਜ਼ਾਮ। ਬੀਬੀਆਂ ਨੇ ਲਾਈ ਕਿਸਾਨ ਸੰਸਦ ਨਵੇਕਲਾ ਸੁਨੇਹਾ ਦੇਣ ਵਿੱਚ ਰਹੀਆਂ ਕਾਮਯਾਬ। ਮਨਜਿੰਦਰ ਸਿੰਘ ਸਿਰਸਾ ਖਿਲਾਫ ਲੁਕਆਊਟ ਨੋਟਿਸ ਜਾਰੀ ਵਿਦੇਸ਼ ਯਾਤਰਾ ਤੇ ਲੱਗੀ ਪਾਬੰਦੀ ਨੋਟ ਬਦਲੇ ਵੋਟ ਦੇਣ ਦੇ ਮਾਮਲੇ ਵਿੱਚ ਇੱਕ ਸੰਸਦ ਮੈਂਬਰ ਨੂੰ ਅਦਾਲਤ ਨੇ ਸੁਣਾਈ ਸਜ਼ਾ ਅਤੇ ਪੰਜਾਬ ਦੇ ਵਿੱਚ ਕਾਂਗਰਸ ਕੇਵਲ ਕੈਪਟਨ ਕਰਕੇ ਜਿੰਦਾ ਧਰਮ ਸੋਤ ਦਾ ਕਹਿਣਾ ਦੋਸਤੋ ਇਹ ਕੁਝ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਵਿਸਥਾਰ ਦੇ ਨਾਲ ਇਹਨਾਂ ਤੇ ਗੱਲਬਾਤ ਕਰਾਂਗੇ ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਸਭ ਤੋਂ ਪਹਿਲਾਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ। ਬੀਤੇ ਕੁਝ ਕ ਮਹੀਨਿਆਂ ਤੋਂ ਆਪਣੀ ਇਹ ਰੋਜ਼ਾਨਾ ਦੀ ਮੁਲਾਕਾਤ ਲਗਾਤਾਰ ਹੋਣ ਲੱਗੀ। ਤੁਸੀਂ ਇਸ ਚੈਨਲ ਦੇ ਨਾਲ ਆਪਣੇ ਚੈਨਲ ਦੇ ਨਾਲ ਜੁੜਨੇ ਸ਼ੁਰੂ ਹੋਏ ਅਤੇ ਕੁਝ ਕ ਮਹੀਨਿਆਂ ਦੇ ਅੰਦਰ ਆਪਾਂ 1 ਲੱਖ ਪਰਿਵਾਰਕ ਮੈਂਬਰਾਂ ਦੀ ਗਿਣਤੀ ਦੇ ਵਿੱਚ ਇਕੱਠੇ ਹੋ ਗਏ ਹਾਂ। ਸੋ ਤੁਹਾਡਾ ਸਭਨਾਂ ਦਾ ਇਕੱਲੇ ਇਕੱਲੇ ਦਾ ਤਹਿ ਦਿਲੋਂ ਧੰਨਵਾਦ। ਇਸ ਪਿਆਰ ਮਾਣ ਸਤਿਕਾਰ ਅਤੇ ਮੁਹੱਬਤ ਦੇ ਵਾਸਤੇ ਤੇ ਭਵਿੱਖ ਦੇ ਵਿੱਚ ਵੀ ਤੁਹਾਡੇ ਕੋਲੋਂ ਇਹੋ ਹੀ ਉਮੀਦ ਰੱਖਦਾ ਹਾਂ ਕਿ ਇਸੇ ਤਰ੍ਹਾਂ ਜੁੜੇ ਰਹੋਗੇ ਅਤੇ ਜੁੜਦੇ ਜਾਵੋਗੇ ਅਤੇ ਤੁਹਾਡੇ ਨਾਲ ਵਾਦਾ ਕਿ ਆਪਾਂ ਸੱਚੀਆਂ ਖਰੀਆਂ ਗੱਲਾਂ ਕਰਦੇ ਰਹਿਾਂਗੇ ਤੇ ਦੂਸਰੀ ਬੇਨਤੀ ਇਹ ਕਿ ਜਿਹੜੇ ਹਾਲੇ ਤੱਕ ਚੈਨਲ ਨੂੰ ਵੇਖਦੇ ਜ਼ਰੂਰ ਨੇ ਪਰ ਉਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਕੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਤਿਆਉ ਹੁਣ ਇਕੱਲੀ ਇਕੱਲੀ ਖਬਰ ਵੱਲ ਵਧਦੇ ਹਾਂ ਸਭ ਤੋਂ ਪਹਿਲੀ ਖਬਰ ਇੱਕ ਕਿਸਾਨੀ ਕਾਨੂੰਨਾਂ ਦੇ ਨਾਲ ਸੰਬੰਧਿਤ ਖਬਰ ਹੈ ਸੰਸਦ ਦੇ ਵਿੱਚ ਸੈਸ਼ਨ ਚੱਲ ਰਿਹਾ ਹੈ ਸੈਸ਼ਨ ਦੇ ਦਰਮਿਆਨ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਹੋ ਰਿਹਾ ਹੈ ਸਿਆਸਤ ਲਗਾਤਾਰ ਗਰਮਾ ਰਹੀ ਹੈ ਵਿਰੋਧੀ ਧਿਰ ਅਤੇ ਕਿਸਾਨ ਸੰਗਠਨ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਵਾਰ-ਵਾਰ ਆਖ ਰਹੇ ਨੇ ਉਹ ਕਹਿੰਦੇ ਸਾਡੀ ਪਹਿਲੇ ਦਿਨ ਤੋਂ ਮੰਗ ਸੀ ਤੇ ਅੱਜ ਵੀ ਉਹੀ ਹੈ ਕਿ ਕਾਨੂੰਨਾਂ ਦੇ ਉੱਤੇ ਲਕੀਰ ਮਾਰ ਦਿਓ ਦੂਸਰੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਉਹ ਗੱਲਬਾਤ ਵਾਸਤੇ ਤਿਆਰ ਨੇ ਚਰਚਾ ਵਾਸਤੇ ਤਿਆਰ ਨੇ ਪਰ ਕਾਨੂੰਨ ਰੱਦ ਨਹੀਂ ਹੋਣੇ। ਉਹਨਾਂ ਨੇ ਤਾਂ ਇਥੋਂ ਤੱਕ ਇੱਕ ਵਾਰ ਨਹੀਂ ਅਨੇਕਾਂ ਵਾਰ ਕਿਹਾ ਤੇ ਅੱਜ ਇੱਕ ਵਾਰ ਫੇਰ ਕਹਿ ਦਿੱਤਾ ਹੈ ਕਿ ਕਿਸਾਨ ਜਥੇਬੰਦੀਆਂ ਦੇ ਕੋਲ ਇਸ ਮਸਲੇ ਤੇ ਗੱਲ ਕਰਨ ਵਾਸਤੇ ਕੋਈ ਪ੍ਰਸਤਾਵ ਹੀ ਨਹੀਂ ਕੋਈ ਠੋਸ ਦਲੀਲ ਹੀ ਨਹੀਂ। ਜਦੋਂ ਕਿ ਕਿਸਾਨ ਆਕੂ ਇੱਕ ਨਹੀਂ ਅਨੇਕਾਂ ਮੌਕਿਆਂ ਤੇ ਆਖ ਚੁੱਕਿਆ ਕਿ ਦਲੀਲਾਂ ਅਸੀਂ ਤਾਂ ਦਲੀਲਾਂ ਦੇ ਛੱਜ ਭਰ-ਭਰ ਕੇ ਟੋਕਰੇ ਭਰ-ਭਰ ਕੇ ਦਿੱਤੀਆਂ ਨੇ। ਮੱਧ ਤੋਂ ਮੱਧ ਅਸੀਂ ਗੱਲਬਾਤ ਕੀਤੀ ਹੈ। ਮੰਤਰੀਆਂ ਕੋਲੇ ਉਹਨਾਂ ਦੇ ਅਹਿਲਕਾਰਾਂ ਕੋਲੇ ਉਹਦਾ ਕੋਈ ਜਵਾਬ ਨਹੀਂ ਸੀ ਹੁੰਦਾ ਹੁਣ ਕਾਂਗਰਸ ਦੇ ਸੰਸਦ ਮੈਂਬਰ ਨੇ ਕਾਂਗਰਸ ਦੇ ਸਾਬਕਾ ਪ੍ਰਧਾਨਵੀ ਨੇ ਰਾਹੁਲ ਗਾਂਧੀ ਉਹਨਾਂ ਦੇ ਉੱਤੇ ਸਰਕਾਰ ਨੇ ਦੋਸ਼ ਲਾਏ ਨੇ ਕਿ ਉਹ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਭਾਰਤ ਦੇ ਵਿੱਚ ਅਰਾਜਕਤਾ ਵਾਲਾ ਵਾਤਾਵਰਣ ਬਣਾਇਆ ਜਾ ਰਿਹਾ ਹੈ ਕਾਂਗਰਸ ਪਾਰਟੀ ਦੇ ਵੱਲੋਂ ਇਹ ਸਾਰੀਆਂ ਗੱਲਾਂ ਆਖੀਆਂ ਨੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਾਂਗਰਸ ਦੇ ਕਰਾਰਾਂ ਤੇ ਪਲਟਵਾਰ ਉਹਨਾਂ ਨੇ ਕੀਤਾ ਹੈ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਪਿੰਡ ਦਾ ਗਰੀਬਾਂ ਦਾ ਕਿਸਾਨਾਂ ਦਾ ਇਹਦੇ ਬਾਰੇ ਕੋਈ ਅਨੁਭਵ ਨਹੀਂ ਕੋਈ ਦਰਦ ਨਹੀਂ ਰਾਹੁਲ ਗਾਂਧੀ ਨੂੰ ਕਹਿੰਦੇ ਸੋਚਣਾ ਚਾਹੀਦਾ ਹੈ ਕਿ ਜਦੋਂ ਤੁਸੀਂ ਆਪਣੇ ਮੈਨੀਫੈਸਟੋ ਦੇ ਵਿੱਚ ਇਹਨਾਂ ਖੇਤੀ ਕਾਨੂੰਨਾਂ ਨੂੰ ਲਿਆਉਣ ਦੀ ਗੱਲਬਾਤ ਕੀਤੀ ਸੀ ਤਾਂ ਇਹ ਸਾਫ਼ ਕਰ ਦਿਓ ਕਿ ਤੁਸੀਂ ਉਸ ਸਮੇਂ ਝੂਠ ਬੋਲ ਰਹੇ ਸੀ ਜਾਂ ਤੁਸੀਂ ਅੱਜ ਝੂਠ ਬੋਲ ਰਹੇ ਹੋ ਡਰਾਮੇ ਕਰ ਰਹੇ ਹੋ ਤੇ ਦੂਸਰੇ ਪਾਸੇ ਇਹ ਮੈਂ ਦੱਸਣਾ ਚਾਹੁੰਦਾ ਕਿ ਸੋਮਵਾਰ ਦਾ ਦਿਨ ਸੀ ਕੁਝ ਇੱਕ ਦੇ ਉੱਤੇ ਪਰਚੇ ਦਰਜ ਕੀਤੇ ਗਿਆ ਜਿਹੜੇ ਕਾਂਗਰਸ ਦੇ ਸੰਸਦ ਨੇ ਤੇ ਰਾਹੁਲ ਗਾਂਧੀ ਤੇ ਕੁਝ ਸੰਸਦ ਮੈਂਬਰ ਰੋਸ ਦੇ ਵਜੋਂ ਇੱਕ ਸੁਨੇਹਾ ਦੇਣ ਦੇ ਵਜੋਂ ਸੰਸਦ ਦੇ ਵਿੱਚ ਟਰੈਕਟਰ ਤੇ ਬੈਠ ਕੇ ਪਹੁੰਚੇ ਸੀ ਉਸ ਮਸਲੇ ਦੇ ਉੱਤੇ ਟਕੋਰ ਕਰ ਰਹੇ ਸੀ ਨਰਿੰਦਰ ਸਿੰਘ ਤੋਮਰ ਹੋਰੀ ਤੇ ਦੂਸਰੇ ਪਾਸੇ ਕਿਸਾਨ ਆਗੂ ਨੀ ਰਾਕੇਸ਼ ਟਕੈਤ ਟਕੈਤ ਹੋਰਾਂ ਨੇ ਅੰਦੋਲਨ ਦੇ ਇੱਕ ਨਵੇਂ ਪੜਾ ਦਾ ਐਲਾਨ ਕਰ ਦਿੱਤਾ ਹੈ ਉਨਾ ਕਿਹਾ ਕਿ ਅੰਦੋਲਨ ਅੱਜ ਤੋਂ ਇੱਕ ਨਵੇਂ ਪੜਾਅ ਦੇ ਵਿੱਚ ਸ਼ਾਮਲ ਹੋ ਰਿਹਾ ਹੈ। ਉਹ ਕਹਿੰਦੇ ਅਸੀਂ 5 ਸਤੰਬਰ ਨੂੰ ਵੱਡੀ ਪੰਚਾਇਤ ਕਰਾਂਗੇ। ਉੱਥੋਂ ਵੱਡੀਆਂ ਬੈਠਕਾਂ ਦਾ ਐਲਾਨ ਕਰਾਂਗੇ। ਪਹਿਲਾਂ ਪੂਰੇ ਸੂਬੇ ਦੇ ਵਿੱਚ ਭਾਵ ਯੂਪੀ ਦੇ ਵਿੱਚ 18 ਵੱਡੀਆਂ ਪੰਚਾਇਤਾਂ ਕਰਾਂਗੇ। ਉਹਦੇ ਤੋਂ ਬਾਅਦ ਵੱਖੋ-ਵੱਖ ਜ਼ਿਲ੍ਹਿਆਂ ਦੇ ਵਿੱਚ ਛੋਟੀਆਂ-ਛੋਟੀਆਂ ਬੈਠਕਾਂ ਹੋਣਗੀਆਂ। ਲਖਨਊ ਨੂੰ ਕਹਿੰਦੇ ਦਿੱਲੀ ਬਣਾ ਦੇਾਂਗੇ। ਹੁਣ ਇਹ ਨਹੀਂ ਕਿ ਦਿੱਲੀ ਧੂਕੇ ਉੱਥੇ ਲੈ ਜਾਣਗੇ। ਉਹ ਕਹਿੰਦੇ ਜਿਸ ਤਰ੍ਹਾਂ ਦਿੱਲੀ ਦੇ ਚਾਰੇ ਪਾਸੇ ਕਿਸਾਨ ਬੈਠੇ ਨੇ ਸੀਲ ਕੀਤੀ ਪਈ ਹੈ ਉਸੇ ਤਰੀਕੇ ਨਾਲ ਅਸੀਂ ਲਖਨਊ ਨੂੰ ਵੀ ਸੀਲ ਕਰਤੇਾਂਗੇ ਅਸੀਂ ਕਹਿੰਦੇ ਇਹਦੀ ਇਸ ਵਕਤ ਤਿਆਰੀ ਦੇ ਵਿੱਚ ਹੈ ਤੇ ਨਾਲ ਹੀ ਸੰਯੁਕਤ ਕਿਸਾਨ ਮੋਰਚਾ ਦੇ ਕੁਝ ਹੋਰ ਆਗੂ ਵੀ ਉਹ ਵੀ ਯੂਪੀ ਦੇ ਵਿੱਚ ਉਚੇਚੇ ਤੌਰ ਤੇ ਪਹੁੰਚੇ ਹੋਏ ਸੀ ਉਹਨਾਂ ਨੇ ਵੀ ਇਸ ਬਿਆਨ ਦੇ ਵਿੱਚ ਕੁਝ ਇੱਕ ਹੋਰ ਨਵੀਆਂ ਤੇ ਵੱਡੀਆਂ ਗੱਲਾਂ ਕੀਤੀਆਂ ਨੇ ਜਾਂ ਇਹ ਆਖ ਸਕਦਾ ਕਿ ਸੰਯੁਕਤ ਕਿਸਾਨ ਮੋਰਚਾ ਦਾ ਇੱਕ ਵੱਡਾ ਐਲਾਨ ਹੈ ਇਸ ਐਲਾਨ ਦੇ ਮੁਤਾਬਕ ਮਿਸ਼ਨ ਯੂਪ ਅਤੇ ਉੱਤਰਾਖੰਡ ਦਾ ਐਲਾਨ ਹੋਇਆ ਜਿਸ ਤਰ੍ਹਾਂ ਰਾਕੇਸ਼ ਟਕੈਤ ਹੋਰੀ ਕਹਿ ਰਹੇ ਨੇ ਕਿ 5 ਸਤੰਬਰ ਤੋਂ ਮੁਜ਼ਫਰਨਗਰ ਦੇ ਵਿੱਚ ਰੈਲੀ ਹੋਏਗੀ ਰੈਲੀ ਕਰਕੇ ਇਸ ਨਵੇਂ ਪੜਾ ਦਾ ਐਲਾਨ ਕੀਤਾ ਜਾਏਗਾ ਆਗਾਜ਼ ਕੀਤਾ ਜਾਏਗਾ ਇਸ ਮੋਰਚੇ ਦੇ ਆਗੂ ਜੋਗਿੰਦਰ যাদਬ ਰਾਕੇਸ਼ ਟਕੈਤ ਸ਼ਿਵ ਕੁਮਾਰ ਕੱਕਾ ਤੇ ਕੁਝ ਹੋਰ ਕਿਸਾਨਾਂ ਕੋ ਲਖਨਊ ਦੇ ਵਿੱਚ ਪਹੁੰਚੇ ਹੋਏ ਸ ਤੇ ਪ੍ਰੈਸ ਕਾਨਫਰੰਸ ਕਰ ਰਹੇ ਸੀ ਉਹਨਾਂ ਨੇ ਇਸ ਮਿਸ਼ਨ ਦੇ ਵੱਖ-ਵੱਖ ਪੜਾਵਾਂ ਦਾ ਵਿਸਥਾਰ ਦੇ ਨਾਲ ਉੱਥੇ ਪ੍ਰੈਸ ਕਾਨਫਰੰਸ ਦੇ ਸਾਹਮਣੇ ਇਜ਼ਹਾਰ ਕੀਤਾ ਜਾਣਕਾਰੀ ਦਿੱਤੀ ਕਿਸਾਨ ਆਗੂ ਰਾਕੇਸ਼ ਟਕੈਤ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਕਰਨ ਲਈ ਨਾ ਮੰਨੀ ਤਾਂ ਫਿਰ ਅਸੀਂ ਲਖਨਊ ਨੂੰ ਦਿੱਲੀ ਬਣਾਵਾਂਗੇ ਯੂਪੀ ਦੀ ਰਾਜਧਾਨੀ ਦੀਆਂ ਜਿਹੜੀਆਂ ਸੜਕਾਂ ਨੇ ਲਖਨਊ ਦੀਆਂ ਸੜਕਾਂ ਨੇ 5 ਸਤੰਬਰ ਤੋਂ ਬਾਅਦ ਉਹਨਾਂ ਨੂੰ ਕਿਸਾਨ ਜਾਮ ਕਰ ਦੇਣਗੇ ਕਿਸਾਨ ਆਗੂ ਜਗENDER ਯਾਦਵ ਨੇ ਕਿਹਾ ਕਿ ਇਸ ਮਿਸ਼ਨ ਦੀ ਸ਼ੁਰੂਆਤ 5 ਸਤੰਬਰ ਦੀ ਮਹਾਰੈਲੀ ਤੋਂ ਕਰਾਂਗੇ ਸਾਰੀਆਂ ਡਿਵੀਜ਼ਨਾਂ ਚ ਮਹਾਪੰਚਾਇਤਾਂ ਕਰਾਂਗੇ ਖੇਤੀ ਕਮਾ ਸਮੇਤ ਜਿਹੜੀ ਖਰੀਦ ਗਾਰੰਟੀ ਹੈ ਇਹ ਮੁੱਦਾ ਅਸੀਂ ਕੱਲੇ ਕੱਲੇ ਘਰ ਤੱਕ ਲੈ ਜਾਵਾਂਗੇ ਉਹਨਾਂ ਇਹ ਵੀ ਦੋਸ਼ ਲਾਏ ਕਿ ਯੂਪੀ ਦੀ ਯੋਗੀ ਸਰਕਾਰ ਦੇ ਵੱਲੋਂ ਫਸਲਾਂ ਦਾ ਦਾਣਾ ਦਾਣਾ ਖਰੀਦਣ ਦਾ ਵਾਅਦਾ ਵਾਅਦਾ ਨਹੀਂ ਮਹਿਜ਼ ਇੱਕ ਯਮਲਾ ਕਰਾਰ ਸੀ ਉਹਨਾਂ ਕਿਹਾ ਕਿ ਇਸ ਮਿਸ਼ਨ ਦੇ ਪਹਿਲੇ ਪੜਾਅ ਦੇ ਵਿੱਚ ਸਰਗਰਮ ਯੂਨੀਅਨਾਂ ਦੇ ਨਾਲ ਅਸੀਂ ਤਾਲਮਿਲ ਕਰਾਂਗੇ ਦੂਸਰੇ ਪੜਾਅ ਦੇ ਤਹਿਤ ਕਿਉਂਕਿ ਪੜਾਅਦਰ ਪੜਾਅ ਹੋਏਗਾ ਦੂਸਰੇ ਪੜਾਅ ਦੇ ਤਹਿਤ ਡਿਵੀਜ਼ਨ ਪੱਧਰ ਦੀਆਂ ਕਿਸਾਨ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ ਜ਼ਿਲ੍ਹਾਵਾਰ ਮੀਟਿੰਗਾਂ ਕੀਤੀਆਂ ਜਾਣਗੀਆਂ ਤੀਸਰੇ ਪੜਾਅ ਦੇ ਵਿੱਚ ਕਹਿੰਦੇ ਰੈਲੀਆਂ ਕਰਾਂਗੇ ਚੌਥੇ ਪੜਾਅ ਦੇ ਵਿੱਚ ਸਾਰੇ ਹੈੱਡਕੁਆਟਰਾਂ ਤੇ ਮਹਾਪੰਚਾਇਤਾਂ ਹੋਣਗੀਆਂ ਇਸੇ ਦੌਰਾਨ ਯੂਪੀ ਸਰਕਾਰ ਦੇ ਵੱਲੋਂ ਕਣਕ ਝੋਨਾ ਮਸਰ ਅਰਹਰ ਛੋਲੇ ਅਤੇ ਹੋਰ ਫਸਲਾਂ ਦੀ ਸਰਕਾਰੀ ਖਰੀਦ ਨਾ ਕਰਨ ਅਤੇ ਕਿਸਾਨਾਂ ਨੂੰ ਘੱਟ ਕੀਮਤ ਤੇ ਫਸਲ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਉਹ ਕਹਿੰਦੇ ਇਹ ਸਾਰੇ ਮੁੱਦੇ ਅਸੀਂ ਪਿੰਡ ਲੈਵਲ ਤੱਕ ਲੈ ਕੇ ਜਾਵਾਂਗੇ ਕਿਸਾਨ ਆਗੂ ਨੇ ਇਹ ਵੀ ਆਖਿਆ ਕਿ ਸਰਕਾਰ ਨੇ 5000 ਕਰੋੜ ਰੁਪਏ ਦਾ ਗੰਨੇ ਦਾ ਹਾਲੇ ਤੱਕ ਬਕਾਇਆ ਨਹੀਂ ਦਿੱਤਾ ਵਿਆਜ ਦਾ ਭੁਗਤਾਨ ਨਹੀਂ ਕੀਤਾ ਉਹਨਾਂ ਕਿਹਾ ਕਿ 3 ਸਾਲਾਂ ਤੋਂ ਗੰਨੇ ਦਾ ਭਾਅ ਨਹੀਂ ਵਧਾਇਆ ਗਿਆ ਆਲੂ ਉਤਪਾਦਕਾਂ ਨੂੰ ਪੈਸੇ ਨਹੀਂ ਦਿੱਤੇ ਗਏ ਆਲੂ ਬਰਾਮਤ ਤੇ ਜਿਹੜੀ ਰੋਕ ਹੈ ਉਹ ਹਟਾਉਣ ਦਾ ਵੀ ਮੁੱਦਾ ਵੀ ਚੁੱਕਾਂਗੇ ਇਹ ਸਾਰੀਆਂ ਗੱਲਾਂ ਕਹਿੰਦੇ ਸੰਘਰਸ਼ ਦਾ ਹਿੱਸਾ ਰਹਿਣਗੀਆਂ ਯਾਦ ਹੋ ਹੋਰਾਂ ਨੇ ਕਿਹਾ ਕਿ ਭਾਜਪਾ ਦੀ ਜਿਹੜੀਆਂ ਨੀਤੀਆਂ ਨੇ ਨਾ ਉਹ ਕਿਸਾਨ ਵਿਰੋਧੀ ਨੇ ਬਹੁਤ ਸਾਰੇ ਲੋਕਾਂ ਨੂੰ ਤਾਂ ਇਲਮ ਹੋ ਚੁੱਕਿਆ ਸਾਫ ਹੋ ਚੁੱਕੀ ਹੈ ਤਸਵੀਰ ਪਰ ਜਿਨ੍ਹਾਂ ਤੱਕ ਹਾਲੇ ਵੀ ਇਹ ਸੁਨੇਹਾ ਪਹੁੰਚ ਨਹੀਂ ਸਕੇ ਅਸੀਂ ਪਿੰਡ ਪੱਧਰ ਤੱਕ ਇਹ ਗੱਲ ਪਚਾਵਾਗੇ ਰਾਕੇਸ਼ ਟਕੈਤ ਨੇ ਕਿਹਾ ਕਿ 14 ਤੇ 15 ਅਗਸਤ ਨੂੰ ਅਸੀਂ ਟਰੈਕਟਰ ਪਰੇਡ ਕਰਾਂਗੇ ਤੁਹਾਨੂੰ ਮੈਂ ਯਾਦ ਕਰਵਾ ਦਿਆਂ ਕਿ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਵੀ ਇੱਕ ਪਰੇਡ ਦਾ ਆਯੋਜਨ ਕੀਤਾ ਗਿਆ ਸੀ ਮਿੱਥੇ ਰੂਟ ਤੇ ਬਹੁ ਗਿਣਤੀ ਦੇ ਵਿੱਚ ਕਿਸਾਨ ਤੇ ਕਿਸਾਨ ਆਗੂ ਗਏ ਸਨ ਕੁਝ ਇੱਕ ਨੌਜਵਾਨ ਲਾਲ ਕਿਲੇ ਵੀ ਚਲੇ ਗਏ ਸੀ ਉਹਨਾਂ ਤੇ ਮੁਕਾਦਮੇ ਵੀ ਦਰਜ ਹੋਏ ਸੀ ਗ੍ਰਿਫਤਾਰੀਆਂ ਵੀ ਹੋਈਆਂ ਸੀ ਤੇ ਉਹਨਾਂ ਦੀਆਂ ਹੁਣ ਜ਼ਮਾਨਤਾਂ ਵੀ ਹੋਈਆਂ ਨੇ ਪਰ ਉਦੋਂ ਇੱਕ ਦੋਸ਼ ਲੱਗਿਆ ਸੀ ਕਿ ਜਿਹੜਾ ਭਾਰਤ ਦਾ ਰਾਸ਼ਟਰੀ ਝੰਡਾ ਉਹਦਾ ਅਪਮਾਨ ਕਰ ਦਿੱਤਾ ਗਿਆ ਉਹਦੇ ਤੇ ਆਖਿਆ ਜਾਂਦੀ ਕਿ ਖਾਲਿਸਤਾਨ ਦਾ ਝੰਡਾ ਲਹਿਰਾ ਦਿੱਤਾ ਗਿਆ ਬੜੀ ਵਾਰੀ ਇਹ ਗੱਲ ਸਾਫ਼ ਕੀਤੀ ਆ ਕੋਈ ਕੇਸਰੀ ਨਿਸ਼ਾਨ ਸਾਹਿਬ ਸੀ ਖਾਲਿਸਤਾਨ ਦਾ ਝੰਡਾ ਨਹੀਂ ਸੀ ਹੁਣ ਉਹਨਾਂ ਨੇ ਆਖਿਆ ਕਿ 14 ਤੇ 15 ਅਗਸਤ ਨੂੰ ਟਰੈਕਟਰ ਪਰੇਡ ਦਾ ਐਲਾਨ ਹੈ ਜਾਣਕਾਰੀ ਦੇ ਮੁਤਾਬਕ ਰਾਕੇਸ਼ ਟਕੈਤ ਜਦੋਂ মিডিਆ ਨਾਲ ਗੱਲਬਾਤ ਕਰ ਰਹੇ ਸੀ ਉਹਨਾਂ ਨੇ ਇਹਨਾਂ ਗੱਲਾਂ ਦਾ ਇਜ਼ਹਾਰ ਕੀਤਾ ਕਿ ਅਸੀਂ ਭਾਈ ਟਰੈਕਟਰ ਪਰੇਡ ਵੀ ਕੱਢਣੀ ਹੈ ਇਹ ਟਰੈਕਟਰ ਪਰੇਡ ਉਹ ਕਹਿੰਦੇ ਗਾਜ਼ੀਪੁਰ ਸਰਹੱਦ ਤੇ ਹੋਏਗੀ ਅਤੇ 15 ਅਗਸਤ ਨੂੰ ਅਸੀਂ ਝੰਡਾ ਲਹਿਰਾਵਾਂਗੇ ਹੁਣ ਵੇਖਦੇ ਹਾਂ ਕਿ ਕੁਝ মিডিਆ ਆਊਟਲੈਟਸ ਜਾਂ ਸਰਕਾਰ ਇਹਦੇ ਮਤਲਬ ਕੀ ਕੱਢਦੀਆਂ ਨੇ ਪਰ ਉਹਨਾਂ ਨੇ ਇੱਕ ਨਵੇਂ ਅਤੇ ਵੱਡੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਅਗਲੀ ਜਿਹੜੀ ਖਬਰ ਹੈ ਤੁਹਾਨੂੰ ਯਾਦ ਹੋਣਾ ਕਿ ਮਲੋਟ ਦੇ ਵਿੱਚ ਭਾਜਪਾ ਦੇ ਵਿਧਾਇਕ ਅਰਣੋ ਨਾਰੰਗ ਦੇ ਉੱਤੇ ਹਮਲਾ ਹੋਇਆ ਸੀ। ਉਹਦੇ ਨਾਲ ਹੱਥੋਪਾਈ ਹੋਈ ਸੀ। ਗਾਲੀ-ਗਲੋਚ ਵੀ ਹੋਇਆ ਸੀ। ਇੱਥੋਂ ਤੱਕ ਕਿ ਕੱਪੜੇ ਪਾੜ ਦਿੱਤੇ ਗਏ ਸਨ, ਅਲਫ ਨੰਗਾ ਕਰ ਦਿੱਤਾ ਗਿਆ ਸੀ। ਆ ਇਸੇ ਤਰ੍ਹਾਂ ਦੀ ਖਬਰ ਇੱਕ ਹੋਰ ਮਿਲ ਰਹੀ ਹੈ। ਇਹ ਭਾਜਪਾ ਦੇ ਸਾਫਕਾ ਵਿਧਾਇਕ ਨੇ ਰਾਜਸਥਾਨ ਦੀ ਖਬਰ ਮਿਲ ਰਹੀ ਹੈ ਕਿ Rajasthan Haryana ਸਰਹੱਤੇ ਸ਼ਾਜਾਹਾਂਪੁਰ ਦੇ ਵਿੱਚ ਹੱਥੋਪਾਈ ਹੋਈ ਹੈ। ਉਹਨਾਂ ਦੀ ਗੱਡੀ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਕੌਣ ਸੀ ਇਹ? ਖਬਰ ਮਿਲੀ ਹੈ ਕਿ ਭਾਜਪਾ ਦੇ ਸਾਬਕਾ ਵਿਧਾਇਕ ਅਤੇ ਫੌਜੀ ਕਲਿਆਣ ਬੋਰਡ Rajasthan ਦੇ ਸਾਬਕਾ ਚੇਅਰਮੈਨ ਨਾਮ ਇਹਨਾਂ ਦਾ ਦੱਸਿਆ ਗਿਆ ਪ੍ਰੇਮ ਸਿੰਘ ਬਾਜੌਰ। ਉਹਨਾਂ ਦੇ ਨਾਲ ਐਤਵਾਰ ਦੀ ਸ਼ਾਮ ਇੱਕ ਘਟਨਾ ਵਾਪਰੀ ਹੈ। ਬਾਜੌਰ ਦੇ ਸਮਰਥਕਾਂ ਨੇ ਇਸ ਘਟਨਾ ਨੂੰ ਲੈ ਕੇ ਸੋਮਵਾਰ ਵਾਲੇ ਦਿਨ ਸੀਕਰ ਦੇ ਵਿੱਚ ਪ੍ਰਦਰਸ਼ਨ ਵੀ ਕੀਤਾ ਹੈ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਵੀ ਕੀਤੀ ਹੈ ਪੁਲਿਸ ਦੇ ਮਤਾਬਕ ਵਜੋਂਰ ਦਿੱਲੀ ਜਾ ਰਹੇ ਸੀ ਤਾਂ ਅਲਵਰ ਜ਼ਿਲ੍ਹੇ ਦੇ ਵਿੱਚ ਸ਼ਾਹਜਾਹਪੁਰ ਸਰਹੱਦ ਤੇ ਅੰਦੋਲਨ ਕਰ ਰਹੇ ਕੁਝ ਕਿਸਾਨਾਂ ਨੇ ਉਹਨਾਂ ਨੂੰ ਪਛਾਣ ਲਿਆ ਕਿ ਭਾਈ ਇਹ ਤਾਂ ਸਾਬਕਾ ਭਾਜਪਾ ਦੇ ਲੀਡਰ ਨੇ ਸਾਬਕਾ ਵ代ਕ ਨੇ ਉਹਨਾਂ ਨੇ ਗੱਡੀ ਰੋਕੀ ਗੱਡੀ ਰੋਕ ਕੇ ਬਜੌਰ ਦੀ ਅੰਦੋਲਨਕਾਰੀਆਂ ਦੇ ਨਾਲ ਬਹਿਸ ਹੋਈ ਤਕਰਾਰ ਹੋਇਆ ਇਥੋਂ ਤੱਕ ਕਿ ਬਜੌਰ ਦੇ ਸਮਰਥਕਾਂ ਦੇ ਦੱਸਣ ਦੇ ਮੁਤਾਬਕ ਬਜੌਰ ਦੇ ਦੱਸਣ ਦੇ ਮੁਤਾਬਕ ਉਹਦੇ ਕੱਪੜੇ ਤੱਕ ਪਾੜ ਦਿੱਤੇ ਗਏ ਉਹਦੀ ਗੱਡੀ ਬੁਰੀ ਤਰ੍ਹਾਂ ਪੰਨ ਦਿੱਤੀ ਗਈ ਸ਼ਾਹਜਹਾਂਪੁਰ ਪੁਲਿਸ ਥਾਣੇ ਦੇ ਮੁਖੀ ਨੇ ਵਿਕਰਮ ਸਿੰਘ ਉਹ ਵਿਕਰਮ ਸਿੰਘ ਨੂੰ ਜਦੋਂ ਪੁੱਛਿਆ ਗਿਆ ਕਿ ਇਸ ਮਾਮਲੇ ਦੇ ਵਿੱਚ ਪਾਈ ਦੱਸਿਓ ਉਹ ਕਹਿੰਦੇ ਨੇ ਕਿ ਐਫ ਆਈ ਆਰ ਦਰਜ ਕਰੋ ਉਹ ਕਹਿੰਦੇ ਹਾਲ ਦੀ ਘੜੀ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਪਰ ਮਾਮਲਾ ਫਿਰ ਗਰਮਾ ਗਿਆ ਇਹ ਦੋਸ਼ ਫਿਰ ਇੱਕ ਵਾਰ ਕਿਸਾਨਾਂ ਤੇ ਲੱਗੇ ਨੇ ਮਲੋਟ ਦੇ ਵਿੱਚ ਜਦੋਂ ਇਹ ਘਟਨਾ ਵਾਪਰੀ ਸੀ ਆਪਾਂ ਵੀ ਇਸ ਮੰਚ ਤੋਂ ਆਖਿਆ ਸੀ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਇਸ ਅੰਦੋਲਨ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਵਾਰ-ਵਾਰ ਕਹਿੰਦਾ ਹੈ ਕਿ ਭਾਈ ਇਹ ਅੰਦੋਲਨ ਸ਼ਾਂਤਮਈ ਰੱਖੋ ਇਹ ਅੰਦੋਲਨ ਸ਼ਾਂਤਮਈ ਹੈ ਸ਼ਾਂਤਮਈ ਹੀ ਰਹਿਣਾ ਚਾਹੀਦਾ ਪਰ ਸਮੇਂ-ਸਮੇਂ ਤੇ ਕਈ ਵਾਰੀ ਇਸ ਤਰ੍ਹਾਂ ਦੀਆਂ ਘਟਨਾਵਾਂ ਇਸ ਅੰਦੋਲਨ ਵਿੱਚ ਵਾਪਰੀਆਂ ਨੇ ਭਾਵੇਂ ਮਲੋਟ ਦੇ ਵਿੱਚ ਹੋਵੇ ਅੱਜ ਪੰਜਾਬ ਦੇ ਵਿੱਚ ਵੀ ਭਾਜਪਾ ਦੇ ਕਈ ਲੀਡਰਾਂ ਦਾ ਵਿਰੋਧ ਹੋਇਆ ਹੈ। ਹਰਿਆਣਾ ਦੇ ਵਿੱਚੋਂ ਵੀ ਖਬਰਾਂ ਨੇ ਉਹਨਾਂ ਦੇ ਵਿਰੋਧ ਦੀਆਂ। ਤੇ ਆ ਰਾਜਸਥਾਨ ਦਾ ਇੱਕ ਸਾਬਕਾ ਵਿਧਾਇਕ ਹੈ ਜਿਹਦੇ ਕੱਪੜੇ ਪਾੜ ਦਿੱਤੇ ਗਏ ਹੈ, ਜਦੀ ਗੱਡੀ ਭੰਨ ਦਿੱਤੀ ਗਈ ਹੈ, ਜਿਹਦੇ ਨਾਲ ਹੱਥੋਪਾਈ ਹੋਣ ਦੀਆਂ ਖਬਰਾਂ ਨੇ। ਵੇਖਦੇ ਹਾਂ ਕਿ ਇਹ ਸਮਾਮਲੇ ਦਾ ਠੁਣਾ ਕਿਦੇ ਸਿਰ ਭੰਨਿਆ ਜਾਂਦਾ ਹੈ ਅਤੇ ਕਿਸ ਤਰ੍ਹਾਂ ਦੇ ਪਰਚੇ ਮੁਕਾਦਮੇ ਦਰਜ ਕਰਵਾਉਣ ਦੀਆਂ ਗੱਲਾਂ ਚੱਲ ਰਹੀਆਂ ਨੇ। ਅਗਲੀ ਜਿਹੜੀ ਆ ਖਬਰ ਹੈ ਇਹ ਵੀ ਕਿਸਾਨੀ ਸੰਘਰਸ਼ ਦੇ ਨਾਲ ਜੁੜੀ ਖਬਰ ਹੈ ਇੱਕ ਨਵੇਕਲਾ ਸੁਨੇਹਾ ਦਿੱਤਾ ਕਿਸਾਨ ਸੰਸਦ ਨੇ ਬੀਤੇ ਕਈ ਦਿਨਾਂ ਤੋਂ ਸੰਸਤਾ ਲੱਗ ਰਹੀ ਹੈ ਕਿਸਾਨਾਂ ਦੀ ਪਰ 26 ਜੁਲਾਈ ਨੂੰ ਪੂਰੇ 8 ਮਹੀਨੇ ਹੋਏ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਅੰਦੋਲਨ ਚੱਲਦਿਆਂ ਇਸ ਅੰਦੋਲਨ ਦਾ ਇੱਕ ਵੱਖਰਾ ਸੁਨੇਹਾ ਬੀਬੀਆਂ ਨੇ ਸਾਰੀ ਕਮਬਾਨ ਸੰਭਾਲੀ ਕਿਸਾਨ ਬੀਬੀਆਂ ਪਹੁੰਚੀਆਂ ਹੋਈ ਸੀ ਮਹਿਲਾਵਾਂ ਵੱਲੋਂ ਇਹ ਸੰਸਦ ਲਗਾਈ ਗਈ ਇਸ ਸੰਸਦ ਮੈਂ ਮਹਿਸੂਸ ਕਰਨਾ ਕਿ ਇੱਕ ਨਵੇਕਲਾ ਸੁਨੇਹਾ ਦੇਣ ਦੇ ਵਿੱਚ ਕਾਮਯਾਬ ਰਹੀ ਹੈ ਸਪੀਕਰ ਵੀ ਡਿਪਟੀ ਸਪੀਕਰ ਵੀ ਸਾਰੀਆਂ ਔਰਤਾਂ ਸਨ ਇਹਨਾਂ ਮਹਿਲਾਵਾਂ ਨੇ ਬੇहद ਗੰਭੀਰਤਾ ਨਾਲ ਜ਼ਰੂਰੀ ਵਸਤਾਂ ਕਾਨੂੰਨ ਉੱਤੇ ਵਿਚਾਰ ਚਰਚਾ ਕੀਤੀ ਇਥੋਂ ਤੱਕ ਕਿ ਇਸ ਨੂੰ ਕਾਲਾ ਬਾਜ਼ਾਰੀ ਵਧਾਉਣ ਵਾਲਾ ਕਾਨੂੰਨ ਕਰਾਰ ਦਿੱਤਾ ਤੇ ਨਾਲ ਇਸ ਕਾਨੂੰਨ ਨੂੰ ਤੁਰੰਤ ਵਾਪਸ ਲੈਣ ਦੇ ਲਈ ਕਿਸਾਨ ਸੰਸਦ ਦੇ ਵਿੱਚ ਮਤਾ ਵੀ ਪਾਸ ਕੀਤਾ ਗਿਆ ਔਰਤ ਸੰਸਦ ਕੇਵਲ ਖੇਤੀ ਕਾਨੂੰਨਾਂ ਤੱਕ ਹੀ ਨਾ ਸੀਮਿਤ ਰਹੀ ਇਹ ਆਪਣੇ ਆਪ ਚ ਮਹੱਤਵਪੂਰਨ ਕਿ ਔਰਤਾਂ ਮਹਿਲਾਵਾਂ ਜਾਗਰੂਕ ਕਿੰਨੀਆਂ ਹੋ ਚੁੱਕੀਆਂ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਨਵੀਂ ਤਸਵੀਰ ਪੇਸ਼ ਹੋਈ ਹੈ ਇਸ ਸੰਸਦ ਨੇ ਔਰਤਾਂ ਦੇ ਆਰਥਿਕ ਸਮਾਜਿਕ ਅਤੇ ਸਿਆਸੀ ਇਹ ਸਾਰਿਆਂ ਪੱਖਾਂ ਦੇ ਉੱਤੇ ਚਰਚਾ ਕੀਤੀ ਚਰਚਾ ਤੋਂ ਬਾਅਦ ਕੁਝ ਮਤੇ ਪਾਸ ਕੀਤੇ ਭਵਿਕ ਲਈ ਔਰਤਾਂ ਦੇ ਅਧਿਕਾਰਾਂ ਵਾਸਤੇ ਇਹ ਮੈਂ ਮੀਲ ਪੱਥਰ ਰੱਖ ਸਕਦਾ ਕਿ ਇਸ ਕਿਸਾਨ ਸੰਸਦ ਨੇ ਔਰਤ ਸੰਸਦ ਨੇ ਮਹਿਲਾਵਾਂ ਦੀ ਸੰਸਦ ਨੇ ਇੱਕ ਮੀਲ ਪੱਥਰ ਗੱਡਿਆ ਇਸ ਮਹਿਲਾਵਾਂ ਦੀ ਸੰਸਦ ਨੇ ਹੁਕਮਰਾਨਾਂ ਤੇ ਸਮਾਜ ਨੂੰ ਸ਼ੀਸ਼ਾ ਵੀ ਦਿਖਾਇਆ ਮਤਾ ਵੀ ਪਾਸ ਕੀਤਾ ਕਿ ਖੇਤੀ ਖੇਤਰ ਦੇ ਵਿੱਚ ਔਰਤਾਂ ਦੀ ਵੱਡੀ ਭੂਮਿਕਾ ਦੇ ਬਾਵਜੂਦ ਹਾਲੇ ਤੱਕ ਮਹਿਲਾਵਾਂ ਨੂੰ ਬਣਦਾ ਸਨਮਾਨ ਨਹੀਂ ਮਿਲ ਸਕਿਆ ਔਰ ਉਤਬਾ ਨਹੀਂ ਮਿਲ ਸਕਿਆ ਉਹਨਾਂ ਦੀ ਮਿਹਨਤ ਉਹਨਾਂ ਦੀ ਕਾਬਲੀਅਤ ਉਹਨਾਂ ਦਾ ਹੁਨਰ ਅਤੇ ਉਹਨਾਂ ਦੇ ਉਤਸ਼ਾਹ ਨੂੰ ਲੋਕ ਅੰਦੋਲਨਾਂ ਤੇ ਸਮਾਜ ਵਿੱਚ ਸਹੀ ਦਰਜਾ ਦੇਣਾ ਮੈਂ ਜ਼ਰੂਰੀ ਸਮਝਦਾ ਹਾਂ ਕਈ ਦਹਾਕਿਆਂ ਤੋਂ ਸੰਸਦ ਤੇ ਵਿਧਾਨ ਸਭਾਵਾਂ ਦੇ ਵਿੱਚ ਔਰਤਾਂ ਦੇ 33% ਦਾ ਇੱਕ ਰਾਖਵਾ ਕਰਨ ਵਾਲਾ ਬਿੱਲ ਹੈ ਉਹ ਵਿਧਾਨ ਸਭਾਵਾਂ ਦੇ ਵਿੱਚ ਵੀ ਤੇ ਉਹ ਸੰਸਦ ਦੇ ਵਿੱਚ ਵੀ ਹਾਲੇ ਤੱਕ ਠੰਡੇ ਬਸਤੇ ਦੇ ਵਿੱਚ ਪਿਆ ਹੈ ਇੱਥੋਂ ਸਪਸ਼ਟ ਕੀ ਹੁੰਦਾ ਹੈ ਸਮਝ ਕੀ ਆਉਂਦੀ ਹੈ ਕਿ ਪਾਰਟੀਆਂ ਦੇ ਜਿਹੜੀ ਅੰਦਰਲੀ ਸੋਚ ਹੈ ਨਾ ਉਹ ਮਰਦ ਪ੍ਰਧਾਨ ਸੋਚ ਹੈ ਭਾਰਤ ਦੀ 50% ਦੀ ਆਬਾਦੀ ਨੂੰ ਇੱਕ ਤਿਹਾਈ ਹਿੱਸਾ ਦੇਣ ਵਾਲੇ ਕਾਨੂੰਨ ਦੇ ਵਿੱਚ ਰਾਧਾ ਰੋੜਾ ਇਹ ਮਰਦ ਪ੍ਰਧਾਨ ਸਮਾਜ ਸੋਚ ਬਣੀ ਹੋਈ ਹੈ ਔਰਤਾਂ ਕਿਸਾਨ ਸੰਸਦ ਨੇ ਮਤਾ ਪਾਸ ਕਰਕੇ ਪੰਚਾਇਤੀ ਰਾਜ ਸੰਸਥਾਵਾਂ ਸਥਾਨਕ ਸਰਕਾਰਾਂ ਦੇ ਦੁਆਰਾ ਸੰਸਦ ਵਿੱਚ ਔਰਤਾਂ ਲਈ 33% ਦੀ ਰਾਖਵਾ ਕਰਨ ਦਾ ਮਤਾ ਵੀ ਪਾਸ ਕੀਤਾ ਇਹ ਮਤਾ ਪਾਸ ਕਰਕੇ ਸੰਸਦ ਦੇ ਅੰਦਰ ਬੈਠੇ ਜਿਹੜੇ ਸੰਸਦ ਮੈਂਬਰ ਨੇ ਉਹਨਾਂ ਨੂੰ ਹਲੂਣਾ ਦੇਣ ਦੀ ਕੋਸ਼ਿਸ਼ ਵੀ ਕੀਤੀ ਆ ਕਿ ਭਾਈ ਆਹ ਕੁਝ ਚਾਹੀਦਾ ਉਹ ਕਹਿੰਦੇ ਔਰਤਾਂ ਨੂੰ ਇਹ ਵੀ ਪਤਾ ਹੈ ਕਿ ਲੜਾਈ ਛੋਟੀ ਨਹੀਂ ਇਹ ਲੜਾਈ ਲੰਬੀ ਹੈ ਕਿਉਂਕਿ ਜਿਨਾਂ ਪੰਚਾਇਤੀ ਰਾਜ ਸੰਸਥਾਵਾਂ ਤੇ ਸਥਾਨਕ ਸੰਸਥਾਵਾਂ ਦੇ ਵਿੱਚ ਔਰਤਾਂ ਨੂੰ 50 ਫੀਸਦੀ ਰਾਖਵਾ ਕਰਨ ਦਿੱਤਾ ਵੀ ਗਿਆ ਹੈ ਕਿ ਅਸਲ ਦੇ ਵਿੱਚ ਕਿ ਉਹਨਾਂ ਵਾਸਤੇ ਉੱਥੇ ਕੰਮ ਕਰਨ ਦਾ ਮਾਹੌਲ ਹੈ ਜਾਂ ਹਾਲੇ ਮਾਹੌਲ ਦਾ ਬਣਨਾ ਬਾਕੀ ਹੈ ਇਹ ਵੀ ਪਤਾ ਹੈ ਜੇਕਰ ਕਿਸੇ ਪਿੰਡ ਵਿੱਚ ਕਿਸੇ ਮਹਿਲਾ ਨੂੰ ਸਰਪੰਚ ਜਾਂ ਪੰਚ ਬਣਾ ਦਿੱਤਾ ਜਾਂਦਾ ਹੈ ਪੰਚੀ ਦਾ ਸਰਪੰਚੀ ਉਹਦਾ ਘਰਵਾਲਾ ਕਰੀ ਜਾਂਦਾ ਜਾਂ ਕੋਈ ਉਹ ਜਰਵਾਣਾ ਕਰੀ ਜਾਂਦਾ ਜਿਨੇ ਉਹਦੀ ਪੰਚਾਇਤ ਮੈਂਬਰੀ ਦੇ ਉੱਤੇ ਜਾਂ ਸਰਪੰਚੀ ਦੇ ਉੱਤੇ ਪੈਸਾ ਤੇਲਾ ਖਰਚ ਕੀਤਾ ਹੁੰਦਾ ਹੈ ਸੋ ਕਹਿਣ ਦਾ ਭਾਵ ਹਾਲੇ ਮਾਹੌਲ ਨਹੀਂ ਬਣਿਆ ਹਾਲੇ ਸਾਡਾ ਸਮਾਜ ਉਹਦਾ ਹਾਂ ਨਹੀਂ ਬਣਿਆ ਪਰ ਇਹ ਵੀ ਗੱਲ ਨਹੀਂ ਭਾਰਤ ਦੀ ਮਹਿਲਾ ਪ੍ਰਧਾਨ ਮੰਤਰੀ ਵੀ ਰਹਿ ਚੁੱਕੀ ਹੈ ਭਾਰਤ ਦੀ ਮਹਿਲਾ ਰਾਸ਼ਟਰਪਤੀ ਵੀ ਰਹਿ ਚੁੱਕੀ ਹੈ ਹਾਲਾਂਕਿ ਮੈਂ ਇਹ ਵੀ ਦੱਸ ਦਿਆਂ ਕਿ ਅਮਰੀਕਾ ਵਰਗੇ ਮੁਲਕ ਦੇ ਵਿੱਚ ਹਰਰੀ ਕ੍ਰਿੰਟਨ ਨੂੰ ਬਹੁਤੇ ਲੋਕਾਂ ਨੇ ਵੋਟ ਇਸ ਕਰਕੇ ਨਹੀਂ ਸਾਈ ਕਿ ਉੱਥੋਂ ਦਾ ਸਮਾਜ ਵੀ ਹਾਰੇ ਇਹ تسلیم ਨਹੀਂ ਕਰ ਰਿਹਾ ਕਿ ਸਾਡੀ ਰਾਸ਼ਟਰਪਤੀ ਸਾਡੀ ਸਦਰ ਇੱਕ ਔਰਤ ਹੋਵੇ ਹਾਲਾਂਕਿ ਪਾਕਿਸਤਾਨ ਨੂੰ ਲੋਕ ਬਹੁਤ ਪਛੜਿਆ ਮੁਲਕ ਕਹਿੰਦੇ ਹੋਣਗੇ ਪਰ ਉਥੋਂ ਦੀ ਵੀ ਪ੍ਰਧਾਨ ਮੰਤਰੀ ਬੀਨਜ਼ੀਰ ਪੁੱਟੋ ਵਰਗੀ ਇੱਕ ਮਹਿਲਾ ਰਹਿ ਚੁੱਕੀ ਹੈ ਪਰ ਹਾਲੇ ਫਿਰ ਵੀ ਇਹਦਾ ਮਤਲਬ ਇਹ ਨਹੀਂ ਕਿ ਜੇ ਭਾਰਤ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਮਹਿਲਾਵਾਂ ਰਾਸ਼ਟਰਪਤੀ ਜਾਂ ਔਰਤਾਂ ਪ੍ਰਧਾਨ ਮੰਤਰੀ ਬਣ ਚੁੱਕੀਆਂ ਨੇ ਕਿ ਸਭ ਕੁਝ ਬਦਲ ਚੁੱਕਿਆ ਨਹੀਂ ਕਿਸਾਨ ਸੰਸਦ ਭਾਰਤ ਦੀ ਜਮਹੂਰੀਅਤ ਨੂੰ ਮਜ਼ਬੂਤ ਕਰਨ ਵਾਲਾ ਇੱਕ ਠੋਸ ਕਦਮ ਆਖਿਆ ਜਾ ਸਕਦਾ ਹੈ ਬਹੁਤ ਵੱਡੀ ਉਦਾਹਰਨ ਹੈ ਇਹ ਮਤਵਾਜੀ ਔਰਤ ਸੰਸਦ ਦੇ ਦੌਰਾਨ ਸਪੀਕਰਾਂ ਡਿਪਟੀ ਸਪੀਕਰਾਂ ਵੱਲੋਂ ਜਨਤਕ ਖੇਤਰ ਅਤੇ ਕਿਸਾਨ ਮਜ਼ਦੂਰਾਂ ਦੇ ਹੱਕਾਂ ਦੇ ਵਾਸਤੇ ਹੁੰਦੀਆਂ ਜद्दोजਹਿਦਾਂ ਨੂੰ ਮਜ਼ਬੂਤ ਕਰਨ ਦੇ ਵਾਸਤੇ ਵੀ ਇਹ ਇੱਕ ਵੱਡਾ ਮੀਲ ਪੱਥਰ ਆਖਿਆ ਜਾ ਸਕਦਾ ਹੈ ਸ਼ਕਤੀ ਜਿਹੜੀ ਉੱਪਰ ਕੇ ਸਾਹਮਣੇ ਆਈ ਔਰਤਾਂ ਦੀ ਉਹ ਆਪਣੇ ਆਪ ਦੇ ਵਿੱਚ ਕਿਸਾਨ ਮਜ਼ਦੂਰ ਅੰਦੋਲਨ ਦੇ ਵਿੱਚੋਂ ਵਿਲੱਖਣ ਉੱਪਰ ਕੇ ਸਾਹਮਣੇ ਆਈ ਹੈ ਕਿ ਮਹਿਲਾਵਾਂ ਸਿਰਫ ਘਰ ਦਾ ਕੰਮ ਹੀ ਨਹੀਂ ਕਰ ਸਕਦੀਆਂ ਉਹ ਸਿਰਫ ਚੁੱਲ੍ਹੇ ਚੌਕੇ ਦਾ ਘਰ ਦੀ ਚਾਰ ਦਿਵਾਰੀ ਤੱਕ ਹੀ ਨਹੀਂ ਉਹ ਕਿਸਾਨਾਂ ਦੇ ਨਾਲ ਖੇਤਾਂ ਵਿੱਚ ਜਾ ਕੇ ਵੀ ਹੱਥ ਵਟਾਉਂਦੀਆਂ ਨੇ ਉਹ ਮੋਰਚੇ ਤੇ ਵੀ ਬਰਾਬਰ ਡਟਦੀਆਂ ਨੇ ਉਹ ਸੰਸਦ ਵੀ ਬਰਾਬਰ ਲਾਉਂਦੀਆਂ ਨੇ ਇਹ ਸੰਸਦ ਦਾ ਇੱਕ ਹਾਸਲ ਆਖਿਆ ਜਾ ਸਕਦਾ ਹੈ ਕਿ ਮਤਵਾਜੀ ਕਿਸਾਨ ਸੰਸਦ 8 ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦਾ ਇੱਕ ਅਗਲਾ ਪੜਾਵੀ ਆਖਿਆ ਜਾ ਸਕਦਾ ਹੁਣ ਅਗਲੀ ਖਬਰ ਹੈ ਇਹ ਸਿੱਖ ਸਿਆਸਤ ਦੇ ਨਾਲ ਸੰਬੰਧਤ ਖਬਰ ਹੈ ਲੋਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਜਾਰੀ ਕੀਤਾ ਹੈ ਦਿੱਲੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦੇ ਪ੍ਰਧਾਨ ਸਿਰਸਾ ਸਾਹਿਬ ਦੇ ਖਿਲਾਫ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਉਸ ਕਮੇਟੀ ਦੇ ਪ੍ਰਧਾਨ ਨੇ ਮਨਜਿੰਦਰ ਸਿੰਘ ਸਿਰਸਾ ਸਿਰਸਾ ਸਾਹਿਬ ਦੇ ਖਿਲਾਫ ਦਿੱਲੀ ਦੀ ਇੱਕ ਆਰਥਿਕ ਅਪਰਾਧ ਸ਼ਾਖਾ ਨੇ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ ਇਸ ਤੇ ਚੱਲਦਿਆਂ ਹੁਣ ਮਨਜਿੰਦਰ ਸਿੰਘ ਸਿਰਸਾ ਭਾਰਤ ਛੱਡ ਕੇ ਬਾਹਰ ਨਹੀਂ ਜਾ ਸਕਦੇ ਵਿਦੇਸ਼ ਯਾਤਰਾ ਤੇ ਪਾਬੰਦੀ ਲੱਗ ਗਈ ਹੈ ਦਿੱਲੀ ਪੁਲਿਸ ਨੇ ਇੰਡੀਆ ਦੇ ਸਾਰੇ ਹਵਾਈ ਅੱਡਿਆਂ ਨੂੰ ਮਨਜਿੰਦਰ ਸਿਰਸਾ ਨੂੰ ਰੋਕਣ ਦੇ ਆਦੇਸ਼ ਜਾਰੀ ਕਰ ਦਿੱਤੇ ਨੇ ਦੱਸਣਾ ਬਣਦਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਇੱਕ ਮਾਮਲਾ ਹੈ ਉਸ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਦੀ ਅਪਰਾਧਕ ਸ਼ਾਖਾ ਨੇ ਵੱਡੀ ਕਾਰਵਾਈ ਕੀਤੀ ਹੈ ਸਿਰਸਾ ਦੇ ਖਿਲਾਫ ਭ੍ਰਿਸ਼ਟਾਚਾਰ ਨਾਲ ਜੁੜੇ ਇੱਕ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਜਾਂਚ ਵਿੱਚ ਜੁਟੀ ਹੋਈ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਆਰਥਿਕ ਅਪਰਾਧ ਸ਼ਾਖਾ ਨੇ ਪਟਿਆਲਾ ਹਾਊਸ ਅਦਾਲਤ ਦੇ ਵਿੱਚ ਸਿਰਸਾ ਦੇ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰਨ ਦੀ ਅਪੀਲ ਕੀਤੀ ਸੀ ਉਜਾਰੀ ਹੋ ਗਿਆ ਹੈ। ਜਾਂਚ ਟੀਮ ਦੀ ਅਪੀਲ ਤੋਂ ਬਾਅਦ ਇੰਡੀਆ ਦੇ ਵਿੱਚ ਸੋਮਵਾਰ ਦਾ ਦਿਨ ਸੀ ਜਦੋਂ ਪਟਿਆਲਾ ਹਾਊਸ ਕੋਰਟ ਦੇ ਵੱਲੋਂ ਸਿਰਸਾ ਨੂੰ ਲੁੱਕ ਆਊਟ ਨੋਟਿਸ ਜਾਰੀ ਕਰਨਾ ਪਿਆ। ਨੋਟਿਸ ਜਾਰੀ ਹੋਣ ਦੇ ਨਾਲ ਹੀ ਮਨਜਿੰਦਰ ਸਿੰਘ ਸਿਰਸਾ ਦੀ ਵਿਦੇਸ਼ ਯਾਤਰਾ ਤੇ ਉੱਤੇ ਪਾਬੰਦੀ ਐਲਾਨ ਦਿੱਤੀ ਗਈ ਹੈ। ਦੱਸਣਾ ਬਣਦਾ ਹੈ ਕਿ ਇਸੇ ਹੀ ਸਾਲ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਦੇ ਸਮੇਤ ਕੁਝ ਹੋਰ ਦੋਸ਼ੀਆਂ ਦੇ ਖਿਲਾਫ ਲਿਖਤੀ ਤੌਰ ਤੇ ਇੱਕ ਸ਼ਿਕਾਇਤ ਦਰਜ ਕੀਤੀ ਗਈ ਸੀ। ਇਹ ਸ਼ਿਕਾਇਤ ਜਿਹੜੀ ਦਰਜ ਹੋਈ ਸੀ ਭੁਪਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਦਰਜ ਕਰਵਾਈ ਸੀ। ਸਿਰਸਾ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਨਾਲ ਜੁੜੇ ਮਾਮਲੇ ਦੀ ਤਫ਼ਤੀਸ਼ ਚੱਲੀ ਹੈ। ਤੇ ਉਸੇ ਮਾਮਲੇ ਦੇ ਵਿੱਚ ਪਟਿਆਲਾ ਹਾਊਸ ਕੋਰਟ ਨੇ ਸੁਣਵਾਈ ਦੇ ਦੌਰਾਨ ਸਿਰਸਾ ਦੇ ਖਿਲਾਫ ਲੋਕ ਆਊਟ ਨੋਟਿਸ ਜਾਰੀ ਕਰ ਦਿੱਤਾ ਤੇ ਚੋਣਾ ਉਧਰ ਸਿਰਤੇ ਨੇ ਤੇ ਇਸ ਕਮੇਟੀ ਦੇ ਵਿੱਚ ਉਦੋਂ ਇਹ ਪ੍ਰਧਾਨ ਨਹੀਂ ਸਨ ਜਨਰਲ ਸਕੱਤਰ ਤੇ ਉਹਦੇ ਤੇ ਸੀ ਜਦੋਂ ਉਹਨਾਂ ਦੇ ਉੱਪਰ ਸੰਸਥਾ ਦੇ ਫੰਡ ਲੱਖਾਂ ਰੁਪਏ ਦੇ ਕਪੜੇ ਉਹ ਕਰਨ ਦਾ ਇਲਜ਼ਾਮ ਲੱਗਿਆ ਸੀ ਚੋਣਾ ਦੇ ਵਿੱਚ ਹੋ ਸਕਦਾ ਜਿਹੜੇ ਵਿਰੋਧੀ ਨੇ ਇਸ ਮਾਮਲੇ ਨੂੰ ਇਸ ਨੋਟਿਸ ਨੂੰ ਇੱਕ ਚਰਚਾ ਦਾ ਇੱਕ ਬਹਿਸ ਦਾ ਮੁੱਦਾ ਬਣਾ ਲੈਣ ਅਗਲੀ ਜਿਹੜੀ ਖਬਰ ਹੈ ਇਹ ਕੋਈ ਨਵੀਂ ਖਬਰ ਨਹੀਂ ਵੈਸੇ ਪਰ ਕਿਸੇ ਸੰਸਦ ਮੈਂਬਰ ਨੂੰ ਸਜ਼ਾ ਹੋਣੀ ਇਹ ਖਬਰ ਨਵੀਂ ਹੈ। ਨੋਟ ਦੇ ਬਦਲੇ ਵੋਟ। ਵੋਟਾਂ ਵਿਕਦੀਆਂ ਨੇ। ਤੁਸੀਂ ਇਹ ਵੀ ਵੇਖਿਆ ਹੋਣਾ ਕਿ ਪੰਚਾਇਤੀ ਜਦੋਂ ਵੋਟਾਂ ਪੈਂਦੀਆਂ ਨੇ ਚੋਣਾਂ ਹੁੰਦੀਆਂ ਨੇ ਉਸ ਵਕਤ ਵੀ ਵਿਧਾਇਕਾਂ ਵੇਲੇ ਵੀ ਤੇ ਮੈਂਬਰ ਪਾਰਲੀਮੈਂਟ ਵੀ ਵਿਕ ਜਾਂਦੇ ਨੇ। ਔਰ ਉਹ ਵੋਟਾਂ ਖਰੀਦਦੇ ਵੀ ਨੇ। ਇਸੇ ਮਾਮਲੇ ਦੇ ਵਿੱਚ ਅਦਾਲਤ ਨੇ ਇੱਕ ਸੰਸਦ ਮੈਂਬਰ ਨੂੰ ਸਜ਼ਾ ਸੁਣਾ ਦਿੱਤੀ ਹੈ। ਕੋਈ ਪੁਰਾਣਾ ਮਾਮਲਾ ਨਹੀਂ। ਲੋਕ ਸਭਾ ਚੋਣਾਂ ਜਦੋਂ ਸਾਲ 2019 ਚ ਹੋਈਆਂ VOTERਾਂ ਨੂੰ ਖਰੀਦੇ ਆ ਗਿਆ ਇਹ ਆਖਿਆ ਜਾ ਸਕਦਾ ਕਿ ਰਿਸ਼ਵਤ ਦਿੱਤੀ ਗਈ ਇਸ ਮਾਮਲੇ ਦੇ ਵਿੱਚ ਕਿਸੇ ਅਦਾਲਤ ਨੇ ਪਹਿਲੀ ਵਾਰ ਐਕਸ਼ਨ ਕੀਤਾ ਹੈ ਪਹਿਲੀ ਵਾਰੀ ਐਕਸ਼ਨ ਲਿਆ ਹੈ ਮਹਿਲਾ ਸੰਸਦ ਮੈਂਬਰ ਨੂੰ ਇਸ ਦੋਸ਼ ਦੇ ਵਿੱਚ 6 ਮਹੀਨੇ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਤੇਲੰਗਾਨਾ ਰਾਸ਼ਟਰੀ ਕਮੇਟੀ ਭਾਵ T R S ਦੀ ਸੰਸਦ ਮੈਂਬਰ ਨੇ ਬਲੋਕ ਕਵਿਤਾ ਮਲੋਕ ਕਵਤਾ ਨੂੰ ਨਾਮ ਪੱਲੀ ਦੇ ਵਿੱਚ ਇੱਕ ਵਿਸ਼ੇਸ਼ ਸੈਸ਼ਨ ਦੀ ਅਦਾਲਤ ਨੇ ਲੋਕ ਸਭਾ ਚੋਣਾਂ 2019 ਵਿੱਚ ਵੋਟਰਾਂ ਨੂੰ ਪੈਸੇ ਦੇ ਕੇ ਵੋਟਾਂ ਖਰੀਦਣ ਦਾ ਦੋਸ਼ੀ ਠਹਿਰਾ ਦਿੱਤਾ ਹੈ ਕਵਤਾ ਤਿਲंगाना ਦੇ ਮਹਿਬੂਬਾਬਾਦ ਤੋਂ ਸੰਸਦ ਮੈਂਬਰ ਨੇ ਨਾਲ ਉਹਨਾਂ ਦੀ ਇੱਕ ਸਹਿਯੋਗੀ ਨੂੰ ਵੀ ਇਸ ਮਾਮਲੇ ਦੇ ਵਿੱਚ ਅਦਾਲਤ ਨੇ ਦੋਸ਼ੀ ਮੰਨਿਆ ਅਤੇ ਉਹਨੂੰ ਵੀ ਨਾਲ ਸਜ਼ਾ ਸੁਣਾਈ ਗਈ ਹੈ ਮਲੋਕ ਕਵਤਾ ਨੂੰ ਇਸ ਮਾਮਲੇ ਦੇ ਵਿੱਚ 6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ ਤੇ ਨਾਲ 10000 ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ ਹਾਲਾਂਕਿ ਦੋਸ਼ੀਆਂ ਨੂੰ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕਰਨ ਵਾਸਤੇ ਸਵਾ ਵੀ ਦਿੱਤਾ ਗਿਆ ਕਿ ਉਹ ਅਪੀਲ ਕਰ ਸਕਦੇ ਆ ਇਸ ਮਾਮਲੇ ਦੇ ਵਿੱਚ ਕਪਤਾ ਜਲਦੀ ਤੇਲੰਗਾਨਾ ਹਾਈ ਕੋਰਟ ਦੇ ਵਿੱਚ ਅਪੀਲ ਜਰੂਰ ਕਰਨਗੇ ਪਰ ਇਸ ਤਰ੍ਹਾਂ ਦਾ ਮਾਮਲਾ ਜਿਹੜਾ ਸਾਲ 2019 ਦੇ ਵਿੱਚ ਸਾਹਮਣੇ ਆਇਆ ਸੀ ਮਾਲੀਆ ਅਧਿਕਾਰੀਆਂ ਨੇ ਸੰਸਦ ਮੈਂਬਰ ਦੇ ਸਹਿਯੋਗੀ ਸ਼ੌਕਤ ਅਲੀ ਨੂੰ ਰੁਪਏ ਵੰਡਦੇ ਹੋਏ ਦੇਖ ਲਿਆ ਸੀ ਫੜ ਲਿਆ ਸੀ ਹੁਣ ਤੁਸੀਂ ਦੇਖੋ ਕਿਦੋਂ ਇਹ ਮਾਮਲਾ ਸਾਹਮਣੇ ਆਇਆ ਬਰਗੰਪ ਪਹਾੜ थाना ਇਲਾਕੇ ਦੇ ਸੰਸਦ ਮੈਂਬਰ ਦੇ ਸਹਿਯੋਗੀ ਲੋਕਾਂ ਨੂੰ ਵੋਟ ਦੀ ਅਪੀਲ ਵੀ ਕਰੀ ਜਾਂਦੇ ਸੀ ਅਤੇ ਨਾਲ 5-500 ਰੁਪਇਆ ਦੇ ਕੇ ਵੋਟਾਂ ਖਰੀਦ ਵੀ ਰਹੇ ਸੀ ਸ਼ੌਕਤ ਨੂੰ ਰੰਗੇ ਹੱਥੀ ਫੜ ਲਿਆ ਸੀ ਇਸ ਮਾਮਲੇ ਦੇ ਵਿੱਚ ਕਪਤਾਨ ਨੂੰ ਵੀ ਦੂਸਰਾ ਦੋਸ਼ੀ ਠਹਿਰਾਇਆ ਗਿਆ ਪੁੱਛਗਿਛ ਤੋਂ ਬਾਅਦ ਸ਼ੌਕਤ ਨੇ ਇਹ ਗੱਲ ਕਬੂਲ ਕਰ ਲਈ ਸੀ ਕਿ ਮੈਂ ਨਹੀਂ ਕਵਤਾ ਦੇ ਕਹਿਣ ਤੇ ਮੈਂ ਲੋਕਾਂ ਦੇ ਵਿੱਚ ਰੁਪਏ ਵੰਡ ਰਿਹਾ ਹਾਂ ਤੇ ਵੋਟਾਂ ਦੀ ਖਰੀਦੋ-ਫਰੋਖਤ ਕਰ ਰਹੇ ਆ। ਇਹ ਮਾਮਲਾ ਚੱਲ ਰਿਹਾ ਸੀ ਤੇ ਹੁਣ ਮਾਨਯੋਗ ਅਦਾਲਤ ਨੇ ਸਜ਼ਾ ਸੁਣਾ ਦਿੱਤੀ ਹੈ। ਚੰਗਾ ਹੋਵੇ ਕਿ ਸਾਰੀਆਂ ਅਦਾਲਤਾਂ ਇਸ ਤਰ੍ਹਾਂ ਦੀਆਂ ਸਜ਼ਾਵਾਂ ਦਾ ਪ੍ਰਬੰਧ ਕਰਨ। ਇਹ ਸਿਰਫ ਕਿਸੇ ਇੱਕ ਪਿੰਡ ਜਾਂ ਕਿਸੇ ਸ਼ਹਿਰ ਦੀ ਕਹਾਣੀ ਨਹੀਂ। ਇਹ ਦੱਸ ਦੇਣ ਕਿ ਜਿੰਨੇ ਵੀ ਸੰਸਦ ਮੈਂਬਰ ਨੇ ਉਹਨਾਂ ਵਿੱਚੋਂ ਕਿਹਨੇ ਵੋਟ ਨਹੀਂ ਖਰੀਦੀ? ਸ਼ਾਇਦ ਉਂਗਲਾਂ ਤੇ ਨਾ ਗਿਣੇ ਜਾਣਗੇ ਕਿ ਇਹਨਾਂ ਨੇ ਖਰੀਦੀ ਨਹੀਂ। ਜਾਂ ਫਿਰ ਇਹ ਦੱਸ ਦੇਣ ਕਿੱਥੇ ਵਧਾਇਕ ਨਹੀਂ ਖਰੀਦੇ ਜਾਂਦੇ। ਕਿੱਥੇ ਸੰਸਦ ਮੈਂਬਰ ਨਹੀਂ ਖਰੀਦੇ ਜਾਂਦੇ ਮੈਂ ਤਾਂ ਕਹਿੰਦਾ ਉਹਨਾਂ ਨੂੰ ਵੀ ਠੋਕਣਾ ਚਾਹੀਦਾ ਹੈ। ਰਾਜਸਥਾਨ ਦੇ ਵਿੱਚ ਕੀ ਹੋਇਆ ਸੀ ਕਿੰਨੇ ਦਿਨ ਹੋਟਲ ਦੇ ਵਿੱਚ ਬੰਦ ਕਰਕੇ ਰੱਖੇ ਸੀ। ਲਗਭਗ ਹਰ ਸੂਬੇ ਵਿੱਚ ਜਿੱਥੇ ਖਾਸ ਕਰਕੇ ਘੱਟ ਗਿਣਤੀ ਸਰਕਾਰਾਂ ਨੇ ਜਿੱਥੇ ਲੰਗੜੀਆਂ ਸਰਕਾਰਾਂ ਨੇ ਉੱਥੇ ਤਾਂ ਕਰੋੜਾਂ ਦੇ ਵਿੱਚ ਖਰੀਦੋ-ਫਰੋਖਤ ਹੁੰਦੀ ਹੈ ਮੁੱਲ ਲੱਗਦੇ ਹੈ। ਮੈਂ ਆਖ ਸਕਦਾ ਕਿ ਉਹਨਾਂ ਦੇ ਉੱਤੇ ਦਾ ਲੱਗਦੇ ਹੈ। ਸੋ ਚੰਗਾ ਹੋਇਆ। ਭਾਵੇਂ ਇਹ ਪਹਿਲਾ ਮਾਮਲਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇੰਜ ਇਹ ਠੋਕੇ ਜਾਣ। ਤੇ ਲੱਗਦਾ ਸੀ ਕਿ ਕਾਂਗਰਸ ਦਾ ਕਲੇਸ਼ ਖਤਮ ਹੋ ਗਿਆ ਪਰ ਕੁਝ ਇੱਕ ਚੱਪਲ ਝਾੜ ਲੋਕ ਹਰ ਇੱਕ ਪਾਰਟੀ 'ਚ ਬੈਠੇ ਹੁੰਦੇ ਨੇ ਉਹਨਾਂ ਨੂੰ ਇਹ ਗੱਲ ਹਾਜ਼ਮ ਨਹੀਂ ਆਉਂਦੀ ਕਿ ਸਭ ਕੁਝ ਠੀਕ ਹੋ ਜੇ ਉਹ ਧੜੇਬੰਦੀ ਬਣਾਉਂਦੇ ਰਹਿੰਦੇ ਆ ਹਾਈ ਕਮਾਂਡ ਨੇ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਭਾਈ ਭਾਵੇਂ ਕੋਈ ਤਾਕਤਵਰ ਹੈ ਭਾਵੇਂ ਕੋਈ ਨਹੀਂ ਪਰ ਜੋ ਹਾਈ ਕਮਾਂਡ ਦਾ ਫੈਸਲਾ ਉਹ ਵੱਡੇ ਤੋਂ ਵੱਡੇ ਨੂੰ ਮੰਨਣਾ ਪਊ ਆਪਾਂ ਬੀਤੇ ਦਿਨਾਂ ਵਿੱਚ ਵੀ ਜ਼ਿਕਰ ਕਰਦੇ ਰਹੇ ਹਾਂ ਕਿ ਕਪਤਾਨ ਦੀਆਂ ਸਲਾਹਾਂ ਦਰਕਰਾਰ ਕੀਤੀਆਂ ਉਹਨਾਂ ਵੱਲੋਂ ਸੁਝਾਏ ਨਾ ਦਰਕਨਾਰ ਕੀਤੇ ਉਹਨਾਂ ਵੱਲੋਂ ਇੱਕ ਫਾਰਮੂਲਾ ਦਿੱਤਾ ਗਿਆ ਸੀ ਕਿ ਜੀ ਹਿੰਦੂ ਨਾਰਾਜ਼ ਹੋ ਜਾਣਗੇ ਦਲਤ ਨਾਰਾਜ਼ ਹੋ ਜਾਣਗੇ ਫਲਾਣਾ ਨਾਰਾਜ਼ ਹੋ ਜੂ ਸਾਰਾ ਕੁਝ ਹਾਈ ਕਮਾਂਡੇ ਆਪਣੇ ਤਰੀਕੇ ਨਾਲ ਕੀਤਾ ਹੁਣ ਵਿਧਾਇਕ ਡਾਕਟਰ ਰਾਜਕੁਮਾਰ ਵੀਰਕਾ ਉਹ ਕੈਬਨਟ ਦੇ ਖੇਮੇ 'ਚ ਨੇ ਉਹਨਾਂ ਤੋਂ ਬਾਅਦ ਕੈਬਨਟ ਮੰਤਰੀ ਸਾਧੂ ਸਿੰਘ ਧਰਮਸੂਤ ਜਿਨ੍ਹਾਂ ਦੇ ਉੱਤੇ ਇੱਕ ਨਹੀਂ अनेका ਇਲਜ਼ਾਮ ਲੱਗੇ ਹੋਏ ਨੇ ਤੇ ਲੋਕਾਂ ਦੇ ਵਜ਼ੀਫੇਖਾਨ ਦੇ ਵੀ ਇਲਜ਼ਾਮ ਲੱਗੇ ਹੋਏ ਨੇ ਉਹ ਇੱਕ ਵਾਰੀ ਫੇਰ ਜਦੋਂ ਸਭ ਕੁਝ ਠੰਡਾ ਹੋਣ ਲੱਗਦਾ ਹੈ ਉਹ ਫੇਰ ਸੀਂਖ ਲਾ ਦਿੰਦੇ ਨੇ ਤਿੱਲੀ ਲਾ ਦਿੰਦੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਇੱਕ ਵਾਰੀ ਫੇਰ ਉਹ ਨਿਤਰ ਗਏ ਆ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕੋਈ ਵਿਅਕਤੀ ਭਲੇਖੇ 'ਚ ਨਾ ਰਹੇ ਕੋਈ ਬੰਦਾ ਇਹ ਭਲੇਖਾ ਨਾ ਰੱਖੇ ਕਿ ਅੱਜ ਕੋਈ ਹੋਰ ਤਾਕਤਵਰ ਹੋ ਗਿਆ ਉਹ ਕਹਿੰਦੇ ਪੰਜਾਬ ਦੇ ਵਿੱਚ ਕੇਵਲ ਤੇ ਕੇਵਲ ਕੈਪਟਨ ਅਮਰਿੰਦਰ ਸਿੰਘ ਕਰਕੇ ਕਾਂਗਰਸ ਜਿੰਦਾ ਹੈ ਉਹ ਕਹਿੰਦੇ ਪਹਿਲਾਂ 2002 'ਚ ਤੇ ਫਿਰ 2017 ਚ ਜੇਕਰ ਪੰਜਾਬ ਦੇ ਵਿੱਚ ਸਰਕਾਰ ਕਾਂਗਰਸ ਦੀ ਬਣੀ ਤਾਂ ਉਹ ਸਿਰਫ ਤੇ ਸਿਰਫ ਕਪਣਾ ਅਮਰਿੰਦਰ ਸਿੰਘ ਕਰਕੇ ਬਣੀ ਫਿਰ ਸਾਧੂ ਸਿੰਘ ਜੀ ਉਦੋਂ ਕੀ ਮੌਤ ਪੈ ਗਈ ਸੀ ਕਾਂਗਰਸ ਨੂੰ ਜਾਂ ਉਦੋਂ ਕਿਹੜਾ ਸੱਪ ਸੁੰਘ ਗਿਆ ਸੀ 2002 ਤੋਂ ਬਾਅਦ 2007 ਚ ਕਿਉਂ ਨਾ ਜਿਤਾ ਸਕੇ 2012 ਚ ਵੀ ਕਪਣਾ ਅਮਰਿੰਦਰ ਸਿੰਘ ਪੰਜਾਬ ਸੀ ਉਦੋਂ ਕਿਉਂ ਨਾ ਜਿਤਾ ਸਕੇ ਕੋਈ ਲੀਡਰ ਵੱਡਾ ਨਹੀਂ ਹੁੰਦਾ ਪਾਰਟੀ ਵੱਡੀ ਹੁੰਦੀ ਹੈ ਉਹ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਕਰਕੇ ਸਰਕਾਰਾਂ ਬਣੀਆਂ ਨੇ ਧਰਮਸੂਤ ਨੇ ਕਿਹਾ ਕਿ ਜਿਹੜਾ ਅਹੁਦਾ ਸੰਭਾਲ ਪ੍ਰੋਗਰਾਮ ਸੀ ਉਸ ਸਮਾਗਮ ਦੇ ਦੌਰਾਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕਪਤਾਨ ਨਾਲ ਕੀਤੇ ਗਏ ਮਾੜੇ ਰਵੱਈਏ ਦੀ ਨਿੰਦਿਆ ਕਰਦੇ ਆ ਉਹਨਾਂ ਨੇ ਕਿਹਾ ਕਿ ਸਿੱਧੂ ਨੂੰ ਅਝਿਹਾ ਕਰਨਾ ਸ਼ੋਭਾ ਨਹੀਂ ਦਿੰਦਾ ਉਹਨਾਂ ਨੂੰ ਆਪਣੇ ਅਹੁਦੇ ਦੀ ਮਰਿਆਦਾ ਵਿੱਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ ਮਰਿਆਦਾ ਦੇ ਵਿੱਚ ਰਹਿਣਾ ਚਾਹੀਦਾ ਉਹ ਕਹਿੰਦੇ ਜੇਕਰ ਭਵਿੱਖ ਦੇ ਵਿੱਚ ਉਹਨਾਂ ਫੇਰ ਕਦੇ ਕਪਤਾਨ ਨੂੰ ਨਜ਼ਰ ਅੰਦਾਜ਼ ਕੀਤਾ ਜਾਂ ਕਪਤਾਨ ਦੇ ਨਾਲ ਮਾੜਾ ਵਰਤਾਓ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਦੇ ਸਿਟੇ ਭਿਆਰਕ ਨਿਕਲਣਗੇ ਧਰਮਸੋਤ ਨੇ ਇਥੋਂ ਤੱਕ ਕਿਹਾ ਕਿ ਕੈਪਟਨ ਦੇ ਕਦਮ ਦੇ ਸਾਹਮਣੇ ਕਾਂਗਰਸੀ ਨਹੀਂ ਸਗੋਂ ਪੰਜਾਬ ਦੀਆਂ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਜਿੰਨੀਆਂ ਵੀ ਰਾਜਨੀਤਿਕ ਧਿਰਾਂ ਨੇ ਉਹਨਾਂ ਦੇ ਜਿੰਨੇ ਵੀ ਆਗੂ ਨੇ ਉਹ ਕਪਤਾਨ ਦੇ ਸਾਹਮਣੇ ਸਾਰੇ ਬੌਣੇ ਨੇ ਧਰਮਸੋਤ ਕਹਿੰਦੇ ਕਿਪਨ ਅਮਰਿੰਦਰ ਸਿੰਘ ਦੇ ਵੱਲੋਂ ਆਪਣੇ ਰਾਜਨੀਤਿਕ ਸਫ਼ਰ ਦੇ ਵਿੱਚ ਵੱਡੇ ਵੱਡੇ ਮੀਲ ਪੱਥਰ ਗੱਡੇ ਗਏ ਨੇ ਉਹ ਕਹਿੰਦੇ ਪਾਰਲੀਮੈਂਟ ਦੀਆਂ ਚੋਣਾਂ ਜਦੋਂ 2019 'ਚ ਹੋ ਰਹੀਆਂ ਸੀ ਪੂਰੇ ਮੁਲਕ ਦੇ ਵਿੱਚ ਮੋਦੀ ਦੀ ਲਹਿਰ ਸੀ ਪਰ ਪੰਜਾਬ ਦੀਆਂ ਉਹਨਾਂ ਨੇ ਇਹ ਲਹਿਰ ਬਰੂਹਾਂ ਨਾਲ ਟੱਪਣ ਦਿੱਤੀ ਕਾਂਗਰਸ ਨੂੰ ਇਤਿਹਾਸਕ ਜਿੱਤ ਦਵਾਈ ਉਹਨਾਂ ਨੇ ਇੱਕ ਵਾਰੀ ਫੇਰ ਕਿਹਾ ਕੋਈ ਕੋਈ ਸ਼ੱਕ 'ਚ ਨਾ ਰਹੇ ਕੋਈ ਭਰਮ 'ਚ ਨਾ ਰਹੇ ਕੋਈ ਭਲੇਖੇ 'ਚ ਨਾ ਰਹੇ ਉਹ ਕਹਿੰਦੇ ਅਸੀਂ 2022 'ਚ ਫੇਰ ਸਰਕਾਰ ਬਣਾਉਣੀ ਹੈ ਤੇ ਕਪਤਾਨ ਤੇ ਸਿੱਧੂ ਦੀ ਜੋੜੀ ਜੇਕਰ ਮਿਲ ਕੇ ਚੱਲੇ ਤਾਂ ਸਰਕਾਰ ਅਸੀਂ ਜ਼ਰੂਰ ਬਣਾਵਾਂਗੇ ਦੇਖੋ ਕਿੱਡੀਆਂ ਕਿੱਡੀਆਂ ਵੱਡੀਆਂ ਗੱਲਾਂ ਕਰਕੇ ਉਹ ਕਹਿੰਦੇ ਚੰਗਾ ਰਹੂ ਸਿੱਧੂ ਵਾਸਤੇ ਕਿ ਕਪਤਾਨ ਦੇ ਨਾਲ ਤਾਲ ਮੇਲ ਬਣਾ ਕੇ ਚੱਲਣ ਤੇ ਅਸੀਂ ਇੱਕ ਵਾਰੀ ਫੇਰ ਸਰਕਾਰ ਬਣਾਈਏ ਪਰ ਇੱਕ ਗੱਲ ਮੰਨਣੀ ਪਊ ਜੇ ਤਾਂ ਨਵਜੋਧ ਸਿੰਘ ਸਿੱਧੂ ਪ੍ਰਧਾਨ ਬਣਨ ਤੋਂ ਜਿਹੜੇ ਦਮਗੱਜ਼ੇ ਮਾਰਦੇ ਸੀ ਕਿ ਆਹ ਚੋਰ ਔ ਡਾਕੂ ਜੇ ਤਾਂ ਉਹ ਗੱਲਾਂ ਉਹਨਾਂ ਨੂੰ ਹਾਲੇ ਵਿੱਚ ਇੱਤੇ ਰਹੀਆਂ ਪ੍ਰਧਾਨ ਬਣਨ ਤੋਂ ਬਾਅਦ ਫਿਰ ਮੈਨਾਂਾ ਤਾਂ ਪਾਵੇਂ ਕਿਸਤਾ ਨਾ ਵੀ ਲਵਾ ਪਰ ਉਹਨਾਂ ਦੇ ਟਿਕਟਾਂ ਜੇ ਨਾ ਕੱਟੀਆਂ ਫਿਰ ਨਵਜੋਤ ਸਿੰਘ ਸਿੱਧੂ ਤੇ ਕਪਤਾਨ ਤੇ ਫਰਕ ਕੋਈ ਨਹੀਂ ਜੇ ਉਹ ਟਿਕਟਾਂ ਕਟਣਗੇ ਜਿਹੜੇ ਦਾਗੀ ਨੇ ਜੇ ਨਾ ਛਾਂਗੇ ਫਿਰ ਬਾਕੀਆਂ ਨਾਲੋਂ ਨਵਜੋਤ ਸਿੰਘ ਸਿੱਧੂ ਦਾ ਕੋਈ ਫਰਕ ਨਹੀਂ ਕਿਉਂਕਿ ਜਿਨ੍ਹਾਂ ਤੇ ਦੋਸ਼ ਲੱਗੇ ਨੇ ਉਹਨਾਂ ਵਿੱਚੋਂ ਸਾਧੂ ਸਿੰਘ ਧਰਮਸੋਤ ਵੀ ਇੱਕ ਨੇ ਬੀਤੇ ਦਿਨੀ ਸ਼ਾਇਦ ਤੁਹਾਨੂੰ ਯਾਦ ਹੋਵੇ ਅਮਲੋਤ ਤੇ ਪਹਾਤੋਂ ਦੇ ਵਿਚਕਾਰ ਚਹਿਲ ਪੈਂਦਾ ਹੈ ਉੱਥੇ ਜਦੋਂ ਸਾਧੂ ਸਿੰਘ ਧਰਮਸੋਤ ਪਹੁੰਚੇ ਸੀ ਇੱਕ ਬੀਬੀ ਨੇ ਤਾਂ ਸ਼ਰਿਆਮ ਪੁੱਛ ਲਿਆ ਸੀ ਕਿ ਦੱਸ ਬਈ ਸਾਡੇ ਬੱਚਾ ਦਾ ਵਜ਼ੀਫਾ ਤੂੰ ਖਾ ਗਿਆ ਦੱਸ ਬਈ ਜਦੋਂ ਤੂੰ ਸਾਡੇ ਕੋਲ ਵੋਟਾਂ ਮੰਗਣਾ ਅਸੀਂ ਕੋਈ ਨਾਲ ਤੇਰੇ ਹੈ ਨਹੀਂ ਸੀ ਅੱਜ ਤੋਂ ਲਾਮ ਲਸ਼ ਕਰ ਲਈ ਫਰਦਾ ਬਾਅਦ ਦੇ ਵਿੱਚ ਸਾਧੂ ਸਿਓ ਨੇ ਕਹਿਨ ਦਿੱਤਾ ਸੀ ਇਹ ਬੀਬੀ ਦਾ ਦਿਮਾਗ ਠੀਕ ਨਹੀਂ ਹੁਣ ਇਹ ਬੰਦਿਆਂ ਦਾ ਦਿਮਾਗ ਠੀਕ ਕੌਣ ਕਰੂ ਜਮਤਾਂ ਨਹੀਂ ਕਰਨਾ ਵੇਖਾਂਗੇ ਜਿਨ੍ਹਾਂ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਦੋਸ਼ ਲੱਗੇ ਨੇ ਕਿ ਟਿਕਟਾਂ ਕੱਟੀਆਂ ਜਾਂਦੀਆਂ ਨੇ ਜੇ ਟਿਕਟਾਂ ਨਾ ਕੱਟੀਆਂ ਗਈਆਂ ਪਾਵੇਂ ਜਿੰਦਾ ਕਾਂਗਰਸ ਕਪਤਾਨ ਕਰਕੇ ਆ ਪਾਵੇਂ ਸਿੱਧੂ ਕਰਕੇ ਆ ਪਰ ਲੋਕਾਂ ਵਿੱਚ ਬਹੁਤ ਵੱਡੀ ਤਾਕਤ ਹੈ ਤੇ ਇੱਕ ਗੱਲ ਹੋਰ ਮੰਨਣੀ ਪਊ ਫਿਰ ਉੱਪਰ ਭਾਈ ਸੈਂਟਰ ਦੇ ਵਿੱਚ ਵੀ ਮਰੀਜੀਉ ਪਈ ਆ ਕਾਂਗਰਸ ਇੰਡੀਆ ਦੀ ਸਭ ਤੋਂ ਪੁਰਾਣੀ ਤੇ ਵੱਡੀ ਪਾਰਟੀ ਹੁੰਦੀ ਸੀ ਅੱਜ ਮਿੰਨੀ ਬੱਸ ਦੀਆਂ ਸਵਾਰੀਆਂ ਨੇ ਕਪਤਾਨ ਸਾਹਿਬ ਨੂੰ ਉੱਥੇ ਵੀ ਭੇਜ ਦਿਓ ਉੱਥੇ ਵੀ ਜਾ ਕੇ ਜਾਣ ਪਾਏ ਹੁਣ ਮਰਦਾ ਹੁੰਦੀ ਜਾ ਰਹੀ ਹੈ ਸੋ ਦੋਸਤੋ ਇਹ ਸੀ ਅੱਜ ਦਾ ਆਪਣਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਸੱਚਮੁੱਚ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਵੀ ਕਰ ਦੇਣਾ ਤੇ ਸ਼ੇਅਰ ਵੀ ਕਰ ਦੇਣਾ ਤੇ ਜੇਕਰ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਵਾਂਗਾ ਜ਼ਿੰਦਗੀ ਜਿੰਦਾ ਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ